ਜ਼ਿਕਰ ਸੰਜਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਗੱਲਬਾਤ ਹੋਣ ਵਾਲੀ ਹੈ ਕਿਉਂਕਿ ਕਈ ਵਾਰੀ ਲਾਜ਼ ਦੀ ਸਾਨੂੰ ਸਮਝ ਨਹੀਂ ਹੁੰਦੀ ਕਈ ਵਾਰੀ ਅਸੀਂ ਡਰਦੇ ਹਾਂ ਕਿ ਕੋਰਟ ਕਿਉਂ ਜਾਣਾ ਕੋਰਟ ਕਚੇਰੀ ਦੇ ਚੱਕਰ ਜਦੋਂ ਅਸੀਂ ਬੈਕ ਹੋਮ ਹੁੰਦੇ ਸੀ ਤਾਂ ਪਤਾ ਹੈ ਕਿ ਉਹ ਚੀਜ਼ਾਂ ਚ ਪੈਣਾ ਨਹੀਂ ਕਿਉਂਕਿ ਜੇ ਚੰਗਾ ਕੰਮ ਕਰਦੇ ਰਵਾਂਗੇ ਤੇ ਆਪਕੇ ਸਕਸੈਸਫੁਲ ਹੋ ਜਾਾਂਗੇ ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ ਆ ਜਾਂ ਫਿਰ ਅਸੀਂ ਇੱਥੇ ਦੇਖਦੇ ਆ ਕਿ ਜਦੋਂ ਕੋਰਟ ਦੇ ਵਿੱਚ ਜਾਇਆ ਜਾਂਦਾ ਤਾਂ ਤੁਹਾਡੀ ਸੁਣਵਾਈ ਵੀ ਹੁੰਦੀ ਹੈ ਤੇ ਤੁਹਾਨੂੰ ਜਿਹੜਾ ਉਹਦਾ ਰਿਜ਼ਲਟ ਵੀ ਮਿਲਦਾ ਅੱਜ ਅਸੀਂ ਗੱਲ ਕਰਾਂਗੇ ਲਾਜ਼ ਦੀ ਰਿਲੇਟਡ ਟੂ ਵੀਜ਼ਾ ਵੀਜ਼ਾ ਅਪਲੀਕੇਸ਼ਨ ਬਹੁਤ ਸਾਰੇ ਲਾਉਂਦੇ ਨੇ ਕੋਈ ਵਿਜ਼ਿਟਰ ਵੀਜ਼ਾ ਲਾਉਂਦਾ ਕੋਈ ਵਰਕ ਪਰਮਿਟ ਵੀਜ਼ਾ ਲਾਉਂਦਾ ਤੇ ਰਿਫਿਊਜ਼ ਹੋ ਜਾਂਦੇ ਨੇ ਰਿਫਿਊਜ਼ ਹੋ ਜਾਂਦੇ ਆ ਫਿਰ ਅਸੀਂ ਵਾਰ-ਵਾਰ ਟਰਾਈ ਕਰਦੇ ਆ ਕਿ ਉਹਨਾਂ ਨੂੰ ਜਿਹੜਾ ਰੀ ਅਪਲਾਈ ਕੀਤਾ ਜਾਵੇ ਪਰ ਰੀ ਅਪਲਾਈ ਕਰਨ ਤੋਂ ਪਹਿਲਾਂ ਵੀ ਕੋਈ ਆਪਸ਼ਨ ਹੈਗਾ ਕਿ ਕੋਰਟ ਜਾਇਆ ਜਾ ਸਕਦਾ ਹੈ ਕੋਰਟ ਜਾ ਕੇ ਅਪਲੀਕੇਸ਼ਨ ਤੇ ਕੋਈ ਇਫੈਕਟ ਹੋਏਗਾ ਹੋਰ ਬਹੁਤ ਸਾਰੇ ਇਹਦੇ ird gird ਸਵਾਲ ਜਿਹੜੇ ਆ ਉਹ ਜੁੜੇ ਹੋਇਆ ਤੇ ਉਹਨਾਂ ਸਵਾਲਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਖਾਸ ਮਹਿਮਾਨ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਜਿਹੜੇ ਪਹਿਲੀ ਵਾਰ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਤੇ ਮੈਨੂੰ ਪਤਾ ਹੈ ਕਿ ਬਹੁਤ ਹੀ ਇਨਫੋਰਮੇਟਿਵ ਇਹ ਸ਼ੋਅ ਹੋਣ ਵਾਲਾ ਹੈ ਅੱਜ ਗੁਰਨਾ ਲਾਅ ਕਾਰਪੋਰੇਸ਼ਨ ਤੋਂ ਮੇਰੇ ਨਾਲ ਸਰਪ੍ਰੀਤ ਨੇ ਸਵਾਗਤ ਕਰਦੇ ਆ ਤੇ ਫਿਰ ਕਰਦੇ ਆ ਢੇਰ ਸਾਰੀਆਂ ਗੱਲਾਂ ਸਰਪ੍ਰੀਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਕੀ ਹਾਲ ਚਾਲ ਬਿਲਕੁਲ ਠੀਕ ਹੈ ਜੀ ਸੋ ਤੁਸੀਂ ਪਹਿਲੀ ਵਾਰ ਹੀ ਆਏ ਆ ਸਾਡੇ ਸਟੂਡੀਓ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਬ ਤੁਸੀਂ ਇੱਕ ਕਹਿ ਸਕਦੇ ਸਤਪਤ ਲੋਰ ਦੀ ਗੱਲ ਕਰੀਏ ਤਾਂ ਹੈਗੇ ਆ ਤੁਹਾਡੀ ਬੈਕਗ੍ਰਾਉਂਡ ਤੇ ਨਜ਼ਰ ਮਾਰੀਏ ਤਾਂ ਇੱਕ ਕਹਿ ਸਕਦੇ ਆ ਕਿ ਪੀਪਲ ਕੈਨ ਟਰਸਟ ਯੂ ਔਨ ਯਰ ਸਰਵਿਸਿਜ਼ ਐਸ ਵੈਲ ਪਰ ਸਾਡੇ ਈ ਵਿਊਅਰਸ ਜਿਹੜੇ ਹੋਣਗੇ ਕਈ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਪਹਿਲੀ ਵਾਰ ਦੇਖਿਆ ਹੋਣਾ ਸੋ ਅਸੀਂ ਜੋ ਤੁਹਾਡੇ ਬਾਰੇ ਜਾਨਣਾ ਚਾਹੀਏ ਤੁਹਾਡੇ ਬਾਰੇ ਟੈਲ us a little bit about yourself ਜੀ ਐਸਜੀ ਸਭ ਤੋਂ ਪਹਿਲਾਂ ਮੈਂ ਕਹੂੰਗਾ ਕਿ ਜਿਵੇਂ ਤੁਸੀਂ ਕਿਹਾ ਕਿ ਇੰਡੀਆ ਵਿੱਚ ਜਦੋਂ ਹੁੰਦੇ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਕੋਰਟ ਨਾ ਹੀ ਜਾਇਆ ਜਾਵੇ ਪਰ ਕੈਨੇਡਾ ਦੇ ਵਿੱਚ ਮੈਂ ਇਹ ਦੇਖਦਾ ਹਾਂ ਕਿ ਕਈ ਇਹ ਜੇ ਖਾਸ ਕਰ ਇਮੀਗ੍ਰੇਸ਼ਨ ਲਾਜ਼ ਨੂੰ ਲੈ ਕੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਕੋਰਟ ਵਿੱਚ ਜ਼ਰੂਰ ਜਾਣਾ ਚਾਹੀਦਾ ਮੈਂ ਉੱਤੇ ਗੱਲ ਕਰੂੰਗਾ ਤੇ ਮੇਰਾ ਨਾਮ ਸਰਪ੍ਰੀਤ ਸਿੰਘ ਹੈ ਮੈਂ ਇੰਡੀਆ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਪ੍ਰੈਕਟਿਸ ਕਰਦਾ ਸੀਗਾ ਬਿਫੋਰ ਆਈ ਮੂਵ ਟੂ ਕੈਨੇਡਾ ਤੇ ਸਾਡੀ ਜਿਹੜੀ ਲਾ ਕੋਰਪੋਰੇਸ਼ਨ ਹੈ ਇਹ ਸਾਰੇ ਤਰੀਕੇ ਦੀਆਂ ਐਪਲੀਕੇਸ਼ਨਸ ਰਿਲੇਟਡ ਟੂ ਕੈਨੇਡੀਅਨ ਇਮੀਗ੍ਰੇਸ਼ਨ ਲਾ ਨਾਲ ਡੀਲ ਕਰਦੇ ਆਂ ਸੀ ਫ੍ਰੋਮ ਸਟਾਰਟ ਟੂ ਦ ਵੈਰੀ ਐਂਡ ਤੇ ਕੋਰਟ ਵਰਕ ਜਿਹੜਾ ਹੈ ਉਹ ਆਖਰੀ ਪੜਾਅ ਹੈ ਕਿਸੇ ਵੀ ਇਮੀਗ੍ਰੇਸ਼ਨ ਐਪਲੀਕੇਸ਼ਨ ਦਾ ਜੇ ਤੁਹਾਡੀ ਰਿਫਿਊਜ਼ਲ ਆ ਜਾਂਦੀ ਹੈ ਤੁਸੀਂ ਸਭ ਕੁਝ ਠੀਕ ਕੀਤਾ ਬਟ ਫਾਈਲ ਰਿਫਿਊਜ਼ ਹੋ ਗਈ ਤੇ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਕੋਰਟ ਜਾਣਾ ਹੈ ਤੇ ਉਹੀ ਮੈਂ ਕਹਿ ਰਿਹਾ ਸੀਗਾ ਕਿ ਇਸ ਤਰੀਕੇ ਦੇ ਸਿਨੈਰੀਓ ਦੇ ਵਿੱਚ ਕੋਰਟ ਜ਼ਰੂਰ ਜਾਣਾ ਚਾਹੀਦਾ ਤੇ ਤੁਹਾਡੇ ਰਾਹੀਂ ਮੈਂ ਉਹਦੇ ਬਾਰੇ ਵੀ ਥੋੜਾ ਚਾਨਣਾ ਪਾਉਣਾ ਚਾਹੁੰਦਾ ਹਾਂ ਜੀ ਬਿਲਕੁਲ ਜੀ ਸੋ ਜਿਵੇਂ ਤੁਸੀਂ ਕਿਹਾ ਕਿ ਸਰਵਿਸੇਸ ਦਾ ਕਈ ਵਾਰੀ ਪਤਾ ਨਹੀਂ ਹੁੰਦਾ ਅਸੀਂ ਉਸ ਸਰਵਿਸੇਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਪਰ ਅਸੀਂ ਵੀਜ਼ਾ ਰਿਫਿਊਜ਼ਲ ਦੇ ਨਾਲ-ਨਾਲ ਜੇ ਤੁਹਾਡੀ ਲਾ ਕੋਰਪੋਰੇਸ਼ਨ ਦੀ ਹੀ ਪਹਿਲਾਂ ਗੱਲ ਕਰੀਏ ਕਿਹੜੀ ਕਿਹੜੀ ਹੋਰ ਸਰਵਿਸੇਸ ਜਿਹੜੀਆਂ ਨੇ ਤੁਹਾਡੇ ਵੱਲੋਂ ਦਿੱਤੀਆਂ ਜਾਂਦੀਆਂ ਆ ਕੋਈ ਵੀ ਤੁਸੀਂ ਇਮੀਗ੍ਰੇਸ਼ਨ ਐਪਲੀਕੇਸ਼ਨ ਦਾਇਰ ਕਰਨੀ ਹੈ ਆਈਆਰਸੀਸੀ ਨੂੰ ਭਾਵੇਂ ਉਹ ਵਿਜ਼ਿਟਰ ਵੀਜ਼ਾ ਹੈ ਜਾਂ ਵਰਕ ਪਰਮਿਟਰ ਜਾਂ ਤੁਸੀਂ ਇੱਥੇ ਹੋ ਜਾਂ ਬਾਹਰ ਹੋ ਇੰਡੀਆ ਦੇ ਵਿੱਚੋਂ ਜਾਂ ਕਿਸੇ ਵੀ ਹੋਰ ਮੁਲਕ ਚੋਂ सो so, कोई भी इमीग्रेस एप्लीकेशन जो दायर करनी है तो सूँ कॉन्टैक्ट कर okay. मैं एक बैरिस्टर एंड सोलिसिटर hmm. हैं जिन्होंने आप मतलब वकील कह दें नॉर्मल लैंगुएज सो एक आसपैक्ट है दूजा आसपैक्ट है कोर्ट वर्क ज कोई रिफ्यूजल आँदी है तो कोर्ट चौकी असी रेफ्यूजी केसिस भी बहुत सक्सैसफुल करते हैं ਤੇ ਹੋਰ ਵੀ ਬਹੁਤ ਕਿਸਮ ਦੇ ਮੈਟਰਸ ਹੁੰਦੇ ਨੇ ਜਿਵੇਂ ਕਿਸੇ ਨੂੰ ਸੀਬੀਐਸਏ ਆਫਿਸ ਨੇ ਬੁਲਾਇਆ ਜਾਂ ਕੋਈ ਬਾਰਡਰ ਤੇ ਗਿਆ ਸੀਗਾ ਕੋਈ ਵਰਕ ਪਰਮਿਟ ਲੈਣ ਜਾਂ ਕੁਝ ਉਹਨਾਂ ਨੂੰ ਉੱਥੇ ਕਵੈਸਚਨਿੰਗ ਹੋਈ ਪਾਸਪੋਰਟ ਰੱਖ ਲਿਆ ਦੁਬਾਰਾ ਬੁਲਾਇਆ ਇਹ ਉਹਨਾਂ ਨੂੰ ਡਿਪੋਰਟ ਕਰਨ ਤੇ ਗੱਲ ਆ ਜਾਂਦੀ ਹੈ ਕਈ ਵਾਰੀ ਉਹ ਸਾਰੇ ਮੈਟਰਸ ਅਸੀਂ ਡੀਲ ਕਰਦੇ ਹਾਂ ਹੂੰ ਸੋ ਇਹ ਹੈ ਕਿ ਬਚਾਉਣ ਦਾ ਕੰਮ ਕਰਦੇ ਹਾਂ ਤੁਸੀਂ ਜੇ ਕਿਤੇ ਕੋਈ ਫਸ ਗਿਆ ਹੈਗਾ ਆ ਸੋ ਸਰਪ੍ਰੀਤ ਜੀ ਅਸੀਂ ਲਾਜ਼ ਦੀ ਅੱਜ ਗੱਲ ਕਰਾਂਗੇ ਖਾਸ ਕਰਕੇ ਵੀਜ਼ਾ ਰਿਫਿਊਜ਼ਲ ਅੱਜ ਕੱਲ ਵੀਜ਼ਾ ਰਿਫਿਊਜ਼ਲ ਬਹੁਤ ਜਿਹੜੇ ਨੇ ਵਧ ਗਏ ਨੇ ਚਾਹੇ ਲਿਬਰਲ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ 3.5 ਤੋਂ 5 ਲੱਖ ਦੇ ਕਰੀਬ ਲੋਕ ਜਿਹੜੇ ਆ ਉਹ ਚਾਹੇ ਉਹ ਇੰਡੀਆ ਜਾਂ ਕਿਸੇ ਵੀ ਕੰਟਰੀ ਦਾ ਉੱਥੋਂ ਬੁਲਾਉਣੇ ਹੈਗੇ ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਰਿਫ ਕਈ ਵਾਰੀ ਤਾਂ ਜਨੂਨ ਰੀਜ਼ਨ ਹੁੰਦਾ ਕਿ ਤੁਸੀਂ ਕੁਝ ਗਲਤ ਜਿਹੜਾ ਪੇਪਰ ਦੇ ਦਿੱਤਾ ਤਾਂ ਜਿਹੜੀ ਤੁਹਾਡੀ ਰਿਫਿਊਜ਼ਲ ਲੱਗ ਗਈ ਪਰ ਬਹੁਤ ਹੀ ਮੈਟਰਸ ਦੇ ਵਿੱਚ ਇਹ ਹੁੰਦਾ ਇਹ ਕਹਿ ਕੇ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਵਾਪਸ ਨਹੀਂ ਮੁੜਨਾ ਜੀ ਤੇ ਫਿਰ ਉਸ ਤੋਂ ਬਾਅਦ ਉਹ ਰੀ ਅਪਲਾਈ ਕਰਦੇ ਆ ਦੁਬਾਰਾ ਫਿਰ ਅਪਲਾਈ ਕਰਦੇ ਆ ਤੇ ਸਮ ਟਾਈਮਸ ਉਹ ਤਿੰਨ ਚਾਰ ਪੰਜ ਵਾਰ ਰਿਫਿਊਜ਼ਲ ਆ ਜਾਂਦੀ ਹੈ ਤੇ ਫਿਰ ਬੰਦਾ ਵੀ ਅੱਕ ਕੇ ਘਰ ਬੈਠ ਜਾਂਦਾ ਸੋ ਉਹਨਾਂ ਦੇ ਕੋਲ ਇਹ ਰਾਹ ਹੈਗਾ ਕਿ ਕੋਰਟ ਜਾਇਆ ਜਾ ਸਕਦਾ ਹਾਂ ਜੀ ਮੈਂ ਇੱਕ ਇਥੇ ਹੋਰ ਗੱਲ ਕਰਾਂ ਕਿ ਨਾਟ ਜਸਟ ਕਈ ਵਾਰੀ ਰਿਫਿਊਜ਼ ਹੋ ਜਾਂਦੇ ਕਈ ਵਾਰੀ ਲੋਕਾਂ ਤੇ ਬੈਨ ਲੱਗ ਜਾਂ 5 ਸਾਲ ਦਾ ਉਹ ਵੀ ਫਿਰ ਤੁਸੀਂ ਕੋਰਟ 'ਚ ਹੀ ਡੀਲ ਕਰ ਸਕਦੇ ਹੋ ਕਿਉਂਕਿ ਜਦੋਂ ਕਿਸੇ ਤੇ ਬੈਨ ਲੱਗ ਜਾਂਦਾ ਤੇ ਉਹਨਾਂ ਕੋਲ ਰੀ ਅਪਲਾਈ ਕਰਨ ਦੀ ਆਪਸ਼ਨ ਵੀ ਨਹੀਂ ਹੁੰਦੀ ਜਿਵੇਂ ਕੋਈ ਨਾਰਮਲ ਰਿਫਿਊਜ਼ਲ ਹੋ ਗਿਆ ਤੁਸੀਂ ਰੀ ਅਪਲਾਈ ਕਰ ਲਓ ਠੀਕ ਹੈ ਬਟ ਜੇ ਤੁਹਾਡੇ ਤੇ 5 ਇਅਰ ਬੈਨ ਹੈ ਫਿਰ ਤੁਸੀਂ ਕੀ ਕਰੋਗੇ ਫਿਰ ਤੁਹਾਨੂੰ ਕੋਰਟ ਹੀ ਜਾਣਾ ਪੈਣਾ ਸੋ ਰਿਫਿਊਜ਼ਲਸ ਤੇ ਆਫ ਕোর্স ਕਈ ਅਲੱਗ-ਅਲੱਗ ਕਾਰਨ ਹੁੰਦੇ ਨੇ ਹੁਣ ਜਿਵੇਂ ਤੁਸੀਂ ਕੋਈ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਕੀਤੀ ਉਹਦੇ ਵਿੱਚ ਉਹ ਕਹਿ ਸਕਦਾ ਆਫੀਸਰ ਕਿ ਤੁਹਾਡੇ ਕੋਲ ਫੰਡਸ ਘੱਟ ਆਏ ਜਾਂ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈਗੀ ਜਾਂ ਤੁਹਾਡੇ ਫੈਮਿਲੀ ਟਾਈਜ਼ ਨਹੀਂ ਸੋ ਅਲੱਗ-ਅਲੱਗ ਰੀਜ਼ਨ ਜਿਹੜੇ ਕਿ ਜਦੋਂ ਤੁਸੀਂ ਬਹੁਤ ਸਾਰੇ ਕੇਸਿਸ ਡੀਲ ਕਰਦੇ ਹੋ ਜਿਵੇਂ ਅਸੀਂ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਐਟ ਦੀ ਐਂਡ ਆਫ ਦਿ ਡੇ ਆ ਰਿਪੀਟੇਟਿਵ ਹੀ ਹੁੰਦੇ ਨੇ ਆਫੀਸਰ ਨੇ ਉਹੀ 4-5 ਕੈਟੇਗਰੀਜ਼ ਬਣਾਈਆਂ ਹੋਈਆਂ ਜਿਦੇ ਵਿੱਚੋਂ ਪਾ ਕੇ ਕਹਿ ਦਿੰਦੇ ਨੇ ਕਿ ਤੁਸੀਂ ਵਾਪਸ ਨਹੀਂ ਜਾਣਾ ਸੋ ਹਰ ਸਿਚੁਏਸ਼ਨ ਦਾ ਹੱਲ ਹੈਗਾ ਜੇ ਆਫੀਸਰ ਕਹਿੰਦੇ ਤੁਹਾਡੇ ਕੋਲ ਫੰਡਸ ਥੋੜੇ ਨੇ ਉਸ ਨੂੰ ਡੀਲ ਕਰਨ ਦਾ ਇੱਕ ਤਰੀਕਾ ਹੈ ਅਸੀਂ ਬਹੁਤ ਸਾਰੇ ਕੇਸਿਸ ਇਸ ਤੇ ਜਿੱਤੇ ਨੇ ਕੋਰਟ ਦੇ ਵਿੱਚ ਕਿ ਫੰਡਸ ਉਹ ਕਹਿੰਦੇ ਘੱਟ ਸੀ ਪਰ ਅਸੀਂ ਜਸਟੀਫਾਈ ਕੀਤਾ ਵੀ ਘੱਟ ਤਾਂ ਹੈ ਨਹੀਂ ਸੀ ਕਿਸੇ ਨੇ 15 ਦਿਨ ਲਈ ਕੈਨੇਡਾ ਹਣਾ 20 ਦਿਨ ਲਈ ਆਣਾ ਤੇ ਉਸ ਨੂੰ ਤੁਸੀਂ ਕਹਿ ਦਿੰਦੇ ਹੋ ਕਿ ਫੰਡਸ ਘੱਟ ਹੈ ਕਿਨੇ ਫੰਡਸ ਚਾਹੀਦੇ ਹੋ ਸਕਦੇ ਨੇ 15 20 ਦਿਨ ਲਈ ਸੋ ਇਸ ਤਰ੍ਹਾਂ ਦੀ ਗੱਲ ਫੈਮਿਲੀ ਟਾਈਸ ਤੇ ਵੀ ਜਿਵੇਂ ਆਫੀਸਰ ਨੂੰ ਬੈਲੈਂਸਿੰਗ ਕਰਨੀ ਪੈਂਦੀ ਹੈ ਕਿ ਤੁਹਾਡਾ ਕੌਣ ਇੱਥੇ ਹੈ ਕੌਣ ਬਾਹਰ ਹੈ ਸੋ ਉਹ ਸਾਰੀਆਂ ਗੱਲਾਂ ਤੁਸੀਂ ਕੋਰਟ ਦਲੀਲਾਂ ਦਿੰਨੇ ਹੋ ਤੇ ਆਲਟੀਮੇਟਲੀ ਤੁਸੀਂ ਜੇ ਤੁਹਾਡਾ ਕੇਸ ਸਟਰੋਂਗ ਹੈ ਤੁਸੀਂ ਸਕਸੀਡ ਕਰ ਜਾਂਦੇ ਹੋ ਸੋ ਰਿਫਿਊਜ਼ਲਸ ਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਜਿਵੇਂ ਵਰਕ ਪਰਮਿਟ ਕਿਸ ਨੇ ਲਗਾਇਆ ਤੇ ਆਫੀਸਰ ਨੇ ਕਹਿਤਾ ਕਿ ਮੈਨੂੰ ਲੱਗਦਾ ਕਿ ਤੁਸੀਂ ਕੰਮ ਹੀ ਨਹੀਂ ਕਰ ਸਕਦੇ ਇੱਥੇ ਉਸ ਨੂੰ ਵੀ ਤੁਸੀਂ ਜਸਟੀਫਾਈ ਕਰ ਸਕਦੇ ਹੋ ਆਪਣੀ ਪਾਸਟ ਹਿਸਟਰੀ ਦਿਖਾ ਕੇ ਸੋ ਇਕ ਐਥੇ ਮਿਸ ਰਿਪਰੈਜ਼ੈਂਟੇਸ਼ਨ ਬੈਨ ਦੀ ਜੇ ਗੱਲ ਕਰਾਂ ਇਹ ਕਾਫੀ ਇੰਪੋਰਟੈਂਟ ਮੁੱਦਾ ਹੈ ਸੋ ਅਫੀਸਰ ਤੁਸੀਂ ਦੇਖਿਆ ਹੋਣਾ ਕਈ ਵਾਰੀ ਕਹਿ ਦਿੰਦੇ ਨੇ ਕਿ ਤੁਸੀਂ ਆਪਣੀ ਐਪਲੀਕੇਸ਼ਨ ਤੇ ਝੂਠ ਬੋਲਿਆ ਤੇ ਇਸ ਕਰਕੇ ਤੁਹਾਨੂੰ ਬੈਨ ਕਰ ਦਿੰਦੇ ਨੇ ਉਹ ਜਿਵੇਂ ਤੁਸੀਂ ਕੋਈ ਪਾਸਟ ਰਿਫਿਊਜ਼ਲ ਨਹੀਂ ਡਿਕਲੇਅਰ ਕੀਤੀ ਜਾਂ ਕੁਝ ਹੋਰ ਤੁਹਾਡੀ ਐਪਲੀਕੇਸ਼ਨ ਤੇ ਇਸ਼ੂ ਹੈਗਾ ਤੇ ਉਸ ਨੂੰ ਡੀਲ ਕਰਨ ਦਾ ਵੀ ਤਰੀਕਾ ਹੈਗਾ ਉਹ ਵੀ ਕੋਰਟ 'ਚ ਹੀ ਹੁੰਦਾ ਹੈ ਅਸੀਂ ਕਈ ਮਿਸ ਰਿਪਰੈਜ਼ੈਂਟੇਸ਼ਨ ਦੇ ਕੇਸਸ ਕਰਦੇ ਆਂ ਤੇ ਸਕਸੈਸਫੁਲੀ ਬੈਨ ਹਟਦਾ ਲੋਕਾਂ ਦਾ ਹਮਮ ਸੋ ਇਹ ਹੈ ਕਿ ਇਹ ਨਹੀਂ ਕਿ ਘਰ ਨਰਾਸ਼ ਹੋ ਕੇ ਬੈਠ ਜਾਈਏ ਇਹਦਾ ਹੱਲ ਹੋ ਸਕਦਾ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਪ੍ਰੋਸੈਸ ਹੈ ਇੱਕ ਪ੍ਰੋਸੈਸ ਦੇ ਥਰੂ ਲੰਘਣਾ ਪੈਂਦਾ ਮੰਨ ਲਓ ਪਹਿਲੀ ਵਾਰ ਰਿਫਿਊਜ਼ਲ ਆ ਗਈ ਤੇ ਪਹਿਲੀ ਵਾਰੀ ਕੋਰਟ ਜਾਇਆ ਜਾ ਸਕਦਾ ਹਾਂਜੀ ਬਿਲਕੁਲ ਜਾਇਆ ਜਾ ਸਕਦਾ ਹੈ ਤੁਹਾਨੂੰ ਪ੍ਰੋਸੈਸ ਕੀ ਹੈ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਰੀਅਪਲਾਈ ਕਰਕੇ 3 4 5 ਰਿਫਿਊਜ਼ਲ ਲੈਂਡ ਤੋਂ ਬਾਅਦ ਹੀ ਕੋਰਟ ਜਾਣਾ ਹੈ ਕਿਉਂਕਿ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਇੱਕ ਰਿਫਿਊਜ਼ਲ ਆਉਂਦੀ ਹੈ ਤੇ ਫਿਰ ਉਹ ਚੇਨ ਆਫ ਰਿਫਿਊਜ਼ਲਸ ਬਣ ਜਾਂਦਾ ਹੈ ਉਹ 2 3 4 5 ਫਿਰ ਇਸ ਤਰ੍ਹਾਂ ਚੱਲਦਾ ਹੀ ਜਾਂਦਾ ਤੇ ਉਹ ਰੈਕਡ ਖਰਾਬ ਹੁੰਦਾ ਸੋ ਬਹੁਤ ਸਾਰੇ ਕੇਸਸ ਨੇ ਜਿਹੜੇ ਅਸੀਂ ਇੱਕ ਰਿਫਿਊਜ਼ਲ ਤੋਂ ਬਾਅਦ ਕੀਤੇ ਤੇ ਉਹ ਕੋਰਟ ਸਕਸੀਡ ਕੀਤੇ ਤੇ process ਥੋੜਾ ਮੈਂ ਤੁਹਾਨੂੰ ਬਰੀਫਲੀ ਦੱਸ ਦਿਆਂ ਕੋਰਟ ਚ ਕੀ ਹੁੰਦਾ ਤੁਸੀਂ ਰਿਫਿਊਜ਼ਲ ਤੋਂ ਤੁਹਾਡੇ ਕੋਲ 15 ਦਿਨ ਹੁੰਦੇ ਨੇ ਜੇ ਤੁਸੀਂ ਇਨਸਾਈਡ ਕੈਨੇਡਾ ਹੋ ਤੇ 60 ਡੇਜ਼ ਹੁੰਦੇ ਨੇ ਜੇ ਤੁਸੀਂ ਆਊਟਸਾਈਡ ਕੈਨੇਡਾ ਹੋ ਕੋਰਟ ਜਾਣਦੇ ਠੀਕ ਹੈ ਉਹ ਲਿਮਿਟੇਸ਼ਨ ਪੀਰੀਅਡ ਹੈ ਜਿਹੜੀ ਆਪਾਂ ਕਹੀਏ ਉਸ ਤੋਂ ਬਾਅਦ ਜਦੋਂ ਤੁਸੀਂ ਐਪਲੀਕੇਸ਼ਨ ਧਾਰ ਕਰ ਦਿੰਦੇ ਹੋ ਤਾਂ ਕੋਰਟ ਆਈਆਰਸੀਸੀ ਜਾਨੀ ਉਹਨਾਂ ਦਾ ਮਿਨਿਸਟਰ ਆਉਂਦਾ ਥਰੂ ਅਟਰਨੀ ਜਨਰਲ ਉਹਨਾਂ ਨੂੰ ਡਾਇਰੈਕਸ਼ਨ ਦਿੰਦੇ ਆ ਕਿ ਤੁਸੀਂ ਡਿਟੇਲਡ ਰੀਜਨਸ ਦੇਓ ਆਫ ਰਿਫਿਊਜ਼ਲ ਕਿਉਂਕਿ ਬਹੁਤ ਸਾਰੀ ਵਾਰ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਲੈਟਰ ਹੁੰਦਾ ਰਿਫਿਊਜ਼ਲ ਉਹ ਬਹੁਤ ਸ਼ਾਰਟ ਹੁੰਦਾ ਉਹਦੇ ਵਿੱਚ ਕੁਝ ਖਾਸ ਗੱਲ ਨਹੀਂ ਲਿਖੀ ਹੁੰਦੀ ਸੋ ਕੋਰਟ ਡਿਟੇਲਡ ਰੀਜਨਸ ਮੰਗਦੇ ਨੇ ਫ্রম ਇਮੀਗ੍ਰੇਸ਼ਨ ਉਸ ਤੋਂ ਵਿਦਿਨ 1 ਮਨਥ ਜਿੱਦਨੋ ਰੀਜਨਸ ਆ ਗਏ ਹਾਂਜੀ ਤੁਸੀਂ ਜਿਹੜਾ ਐਪਲੀਕੈਂਟ ਹੈ ਉਹਨੇ ਆਪਣਾ ਮੈਮੋਰੈਂਡਮ ਦਾਇਰ ਕਰਨਾ ਹੈ ਵਿਦਿਨ 30 ਡੇਸ ਤੇ ਜਦੋਂ 30 ਡੇਜ਼ ਤੁਹਾਡੇ ਜਿੱਦਨ ਤੁਹਾਡਾ ਮੈਮੋਰੈਂਡਮ ਫਾਈਲ ਹੋ ਗਿਆ ਤਾਂ ਵਿਦਿਨ 30 ਡੇਜ਼ ਥੇਰੋਫ ਉਸ ਤੋਂ 30 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਆਪਣਾ ਮੈਮੋਰੈਂਡਮ ਫਾਈਲ ਕਰਨਾ ਤੇ ਯੂਜੂਲੀ ਇਹ ਜਿਹੜਾ ਪ੍ਰੋਸੈਸ ਹੈ ਤੁਸੀਂ ਕਹਿ ਸਕਦੇ ਹੋ 3 ਤੋਂ 4 ਮਹੀਨੇ ਚੱਲਦਾ ਹੈ ਸਾਰੀ ਪਲੀਡਿੰਗਸ ਕੰਪਲੀਟ ਹੋਣ ਦਾ ਤੇ ਬਹੁਤ ਸਾਰੇ ਕੇਸਿਸ ਇਸੇ ਪੀਰੀਅਡ ਸੈਟਲ ਹੋ ਜਾਂਦੇ ਨੇ ਸੈਟਲ ਹੋਣ ਦਾ ਮਤਲਬ ਇਹ ਹੈ ਕਿ ਉਹ ਕੋਰਟ ਦੇ ਵਿੱਚ ਐਕਚੁਅਲੀ ਹੀਅਰਿੰਗ 'ਚ ਜਾਂਦੇ ਹੀ ਨਹੀਂ ਇਮੀਗ੍ਰੇਸ਼ਨ ਆਪਣਾ ਆਰਡਰ ਆਪ ਹੀ ਵਾਪਸ ਲੈ ਲੈਂਦਾ ਓਕੇ ਹਾਂਜੀ ਸੋ ਸੈਟਲਮੈਂਟ ਇੱਕ ਬੜੀ ਅਚੀ ਇਕ ਕੈਲੋ ਚੀਜ਼ ਹੈ ਕਿ ਇਸ ਜਿਹੜਾ ਕੈਨੇਡਾ ਦਾ ਲੀਗਲ ਸਿਸਟਮ ਹੈ ਇਹਦੇ ਵਿੱਚ ਇਹ ਐਨਕੋਰੇਜ ਕੀਤਾ ਜਾਂਦਾ ਹੈ ਕਿ ਤੁਸੀਂ ਇਨਸਟੈਡ ਆਫ ਲਿਟੀਗੇਸ਼ਨ ਕਰਨ ਦੀ بجائے ਤੁਸੀਂ ਸੈਟਲ ਕਰੋ ਇਮੀਗ੍ਰੇਸ਼ਨ ਆਪ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ ਬਹੁਤ ਫੇਅਰ ਹੈ ਜੇ ਉਹਨਾਂ ਨੂੰ ਲੱਗਦਾ ਕਿ ਸਾਡਾ ਡਿਸੀਜਨ ਗਲਤ ਸੀਗਾ ਉਸ ਨੂੰ ਆਪ ਹੀ ਵਾਪਸ ਲੈ ਲੈਂਦੇ ਜਿਵੇਂ ਅਸੀਂ 700 ਸਟੂਡੈਂਟਸ ਦੀ ਖਬਰ ਕਿੰਨੀ ਸੁਣ ਰਹੇ ਹੈਗੇ ਆ ਕਿ ਉਹਨਾਂ ਦੀ ਐਪਲੀਕੇਸ਼ਨ ਹੀ ਗਲਤ ਲਗਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਉੱਥੇ ਪਤਾ ਵੀ ਨਹੀਂ ਸੀਗਾ ਹੁਣ ਇਮੀਗ੍ਰੇਸ਼ਨ ਸਿਸਟਮ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਪੂਰਾ 100% ਸਹੀ ਨਹੀਂ ਚੱਲ ਰਿਹਾ ਹੈਗਾ ਕੋਈ ਨਾ ਕੋਈ ਖਰਾਬੀ ਤਾਂ ਹੈ ਤਾਂ ਹੀ ਉਹ ਇਸ ਕੇਸ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ ਤੇ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡਾ ਪੱਖ ਮਜ਼ਬੂਤ ਹੈ ਤਾਂ ਜਾਂ ਕੋਈ ਵੀ ਇਸ ਤਰ੍ਹਾਂ ਦਾ ਜੇ ਕੋਈ ਆਉਂਦਾ ਆ ਕੇਸ ਤਾਂ ਉਹ ਜਾ ਸਕਦੇ ਆ ਕੋਰਟ ਦੇ ਵਿੱਚ अपना पक्ष ल हाँ जी ये पर्टिकुलर केस की तुम गल कर रहे हो पोलीकल भी हो गया ये हम मिनिस्टर वालों रिलीफ भी दिता गया चलो गुड फॉर द पीपल जोड़े ये इनवॉल्व से जिन्ह ने नोइंगली ये काम नहीं किया का, इमीग्रेशन मिनिस्टर ने कहा भी है कि असं देखा आइडेंटिफाई करा कुछ लोगों ने डेफिनेटली इस चीज़ तो बेनीफिट लिया जो फ्रॉड होया उन्होंने मतलब डिलबरटली किया कई पता ही नहीं सो ਪਿਕ ਐਂਡ ਚੂਜ਼ ਕਰ ਰਹੇ ਨੇ ਇਸ ਤਰ੍ਹਾਂ ਸੋ ਬਟ ਜੇ ਕਦੇ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਕਿਸੇ ਤੇ ਤਾਂ ਡੈਫੀਨਿਟਲੀ ਕੋਰਟ ਜਾ ਸਕਦੇ ਨੇ ਸੋ ਤੁਸੀਂ ਕਹਿੰਿਆ ਕਿ ਟਾਈਮ ਪੀਰੀਅਡ 4 ਤੋਂ 5 ਮੰਥਸ ਦਾ ਹੁੰਦਾ ਆ ਸਮ ਟਾਈਮਸ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਆ ਤੇ ਤੁਹਾਨੂੰ ਰਿਪਲਾਈ ਨਹੀਂ ਆਉਂਦਾ ਸੋ ਇਸ ਤਰ੍ਹਾਂ ਦਾ ਵੀ ਕੇਸ ਹੁੰਦਾ ਹੈ ਕਿ ਬਹੁਤ ਘੱਟ ਜਿਹੜਾ ਆ ਉਹ ਟਾਈਮ ਦੇ ਵਿੱਚ ਹੋ ਜਾਂਦਾ ਜਾਂ ਫਿਰ ਇਹਨੂੰ ਕੇਸ ਨੂੰ ਕਾਫੀ ਸਾਲ ਵੀ ਲੱਗ ਸਕਦੇ ਆ ਸੋ ਕਿੰਨੇ ਟਾਈਮ ਦੇ ਵਿੱਚ ਇੱਕ ਜੱਜਮੈਂਟ ਜਿਹੜੀ ਆ ਉਹ ਆ ਜਾਂਦੀ ਆ ਜਾਂ ਕੋਈ ਜਿਹੜਾ ਡਿਸੀਜਨ ਬਣ ਕੇ ਆ ਜਾਂਦਾ ਨਹੀਂ ਸਿਸਟਮ ਬਹੁਤ ਫਾਸਟ ਹੈ ਜੀ 3 ਤੋਂ 4 ਮੰਥਸ ਐਵਰੇਜ ਟਾਈਮ ਹੈ ਫਾਰ ਸੈਟਲਮੈਂਟ ਜੇ ਸੈਟ ਨਹੀਂ ਹੁੰਦਾ ਤਾਂ ਫੇਰ ਉਹ ਲੀਵ ਸਟੇਟ ਜਾਂਦਾ ਜਿਹਨੂੰ ਕਿ ਥੋੜਾ ਜਿਹਾ ਟਾਈਮ ਲੈ ਸਕਦੇ ਬਟ ਨਾਟ ਟੂ ਮੱਚ ਫੇਰਿਕ ਕੋਰਟ ਵੱਲੋਂ ਹਿアリング ਡੇਟ ਆਉਂਦੀ ਹੈ ਤੇ ਉਸ ਦਿਨ ਇੱਕੋ ਹਿアリング ਡੇਟ ਤੇ ਉਹ ਫੈਸਲਾ ਕਰ ਦਿੰਦੇ ਨੇ ਇਹਦਾ ਤੁਹਾਡੇ ਫੇਵਰ ਚ ਆ ਗਿਆ ਜੇ ਤੁਹਾਡਾ ਅਗੇਂਸਟ ਫੈਸਲਾ ਆ ਗਿਆ ਮੰਨ ਪਰ ਤੁਸੀਂ ਫੇਰ ਵੀ ਸੈਟੀਸਫਾਈ ਨਹੀਂ ਹੈਗੇ ਫੇਰ ਕੋਈ ਆਪਸ਼ਨ ਹੈਗਾ ਫੈਡਰਲ ਕੋਰਟ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ ਲਾਸਟ ਕੋਰਟ ਹੈ ਜੀ ਉਹ ਉਸ ਦੀ ਕੋਈ ਅਪੀਲ ਨਹੀਂ ਹੁੰਦੀ ਅਨਲੈਸਟ ਕੋਰਟ ਕੋਈ ਕਵੈਸਚਨ ਆਫ ਲਾਸ ਸਰਟੀਫਾਈ ਨਾ ਕਰਕੇ ਕੋਰਟ ਆਫ ਅਪੀਲ ਨੂੰ ਭੇਜ ਦੋਵੇ ਉਹ ਕਾਫੀ ਰੇਅਰ ਹੁੰਦਾ ਸੋ ਤੁਸੀਂ ਇਹ ਮੰਨ ਕੇ ਚੱਲੋ ਕਿ ਕੋਰਟ ਜਿਹੜਾ ਹੈ ਫੈਡਰਲ ਕੋਰਟ ਉਹ ਇੱਕ ਤੁਹਾਡਾ ਲਾਸਟ ਰਿਸੋਰਟ ਹੈਗਾ ਤਾਂ ਹੀ ਉਥੇ ਕਾਫੀ ਮੈਂ ਦੇਖਿਆ ਰਹਿਮਦਿਲੀ ਨਾਲ ਸੁਣਵਾਈ ਹੁੰਦੀ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਇਹ ਕਾਈਂਡ ਆਫ ਲਾਸਟ ਰਿਜ਼ੋਰਟ ਹੈਗਾ ਕਿ ਹੁਣ ਜੇ ਕੋਈ ਬੰਦਾ ਪਹਿਲਾਂ ਰੀ ਐਪਲੀਕੇਸ਼ਨ ਕੀਤੀ ਜਾਂ ਐਪਲੀਕੇਸ਼ਨ ਕੀਤੀ ਫਿਰ ਕੋਰਟ ਆਇਆ ਉਹਨੇ ਕਾਫੀ ਆਪਣੇ ਰਿਸੋਰਸਸ ਲਗਾਏ ਨੇ ਇਸ ਚੀਜ਼ ਤੇ ਟਾਈਮ ਲਗਾਇਆ ਹੈ ਤੇ ਤਾਂ ਹੀ ਮੈਂ ਕਹਾਂ ਜਿਵੇਂ ਡਿਪਾਰਟਮੈਂਟ ਆਫ ਜਸਟਿਸ ਹੀ ਬਹੁਤ ਫੇਅਰ ਹੈ ਬਹੁਤ سارے ਕੇਸ ਜਿੱਥੇ ਉਹਨਾਂ ਨੂੰ ਲੱਗਦਾ ਕਿ ਸਾਡੀ ਗਲਤੀ ਹੈ ਉਹ ਆਪ ਹੀ ਸੈਟਲ ਕਰ ਲੈਂਦੇ ਨੇ ਵਿਦਆਊਟ ਇਟ ਗoing ਟੂ ਦ ਲੀਵ ਸਟੇਜ ਸੋ ਇਹ ਹੈ ਕਿ कोर्ट ਤੇ ٹرسٹ ਜਿਹੜਾ ਉਹ ਕੀਤਾ ਜਾ ਸਕਦਾ ਪ੍ਰੋਸੈਸ ਤੇ ٹرسٹ ਕੀਤਾ ਜਾ ਸਕਦਾ ਹੁਣ ਸਰਪ੍ਰੀਤ ਜੀ ਅੱਜ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਲਾ ਕੰਮ ਕਿਵੇਂ ਕਰਦੇ ਆ ਸਾਨੂੰ ਹੈ ਕਿ ਇੱਕ ਵਾਰੀ ਰਿਫਿਊਜ਼ਲ ਆ ਗਈ ਅਸੀਂ ਦੂਜੀ ਵਾਰੀ ਅਪਲਾਈ ਕਰਤਾ ਦੂਜੀ ਵਾਰੀ ਰਿਫਿਊਜ਼ਲ ਆ ਗਈ ਜਿਵੇਂ ਤੁਸੀਂ ਕਿਹਾ ਚੇਨ ਬਣ ਜਾਂਦੀ ਹੈ ਇੱਕ ਕਿੰਨੇ ਟਾਈਮ ਰਿਫਿਊਜ਼ਲ ਤੋਂ ਬਾਅਦ ਜਿਹੜਾ ਉਹ ਜਾਇਆ ਜਾ ਸਕਦਾ ਇਜ਼ देयर ਐਨੀ ਪਰਟਿਕੂਲਰ ਨੰਬਰ ਕਿ ਉਹ ਨੰਬਰ ਦੇ ਬਾਅਦ ਤੁਸੀਂ ਕੋਰਟ ਵੀ ਨਹੀਂ ਜਾ ਸਕਦੇ ਕਿਤੇ ਨਹੀਂ ਜਾ ਸਕਦੇ ਸੋ ਤੁਹਾਡੇ ਕੋਲੇ ਕੋਈ ਆਪਸ਼ਨ ਹੀ ਨਹੀਂ ਬਚਦਾ ਨਹੀਂ ਐਸਾ ਕੁਝ ਨਹੀਂ ਹੈ ਅਸੀਂ ਤੁਸੀਂ ਭਾਵੇਂ ਇੱਕ ਰਿਫਿਊਜ਼ਲ ਤੋਂ ਬਾਅਦ ਸਿੱਧੇ ਚਲੇ ਜਾਓ ਭਾਵੇਂ ਤੁਹਾਡੇ ਤੇ ਬਹੁਤ ਸਾਰੀਆਂ ਰਿਫਿਊਜ਼ਲਸ ਨੇ ਉਸ ਤਰ੍ਹਾਂ ਚਲੇ ਜਾਓ ਇੱਕ ਰੀਸੈਂਟਲੀ ਅਸੀਂ ਕੇਸ ਕੀਤਾ ਉਹ ਮੁੰਡੇ ਤੇ ਤੁਸੀਂ ਕਹਿ ਲੋ 12 ਸਾਲ ਤੋਂ ਅਪਲਾਈ ਕਰ ਰਿਹਾ ਹੈ ਤੇ ਕਈ ਵਾਰੀ ਉਸਤੇ ਉਸਤੇ ਰਿਫਿਊਜ਼ਲ ਲੱਗੀ ਇੱਕ ਵਾਰੀ ਬੈਨ ਵੀ ਲੱਗਿਆ ਤੇ ਹੁਣ ਜਾ ਕੇ ਉਹ ਕੋਰਟ ਦੇ ਵਿੱਚ ਜਿੱਤਿਆ ਉਹਦੀ ਵਿਜ਼ਟਰ ਵੀਜ਼ਾ ਅਪਲੀਕੇਸ਼ਨ ਸੋ ਐਸਾ ਕੁਝ ਰੈਸਟ੍ਰਿਕਸ਼ਨ ਨਹੀਂ ਹੈਗੀ ਕਿ ਤੁਸੀਂ ਕਦੋਂ ਜਾਣਾ ਤੁਸੀਂ ਭਾਵੇਂ ਇੱਕ ਤੋਂ ਬਾਅਦ ਜਾਂ ਜਿੰਨੇ ਮਰਜੀ ਲੱਗੇ ਹੁਣ ਉਸ ਤੋਂ ਬਾਅਦ ਤੁਸੀਂ ਜਾ ਸਕਦੇ ਤੁਸੀਂ ਇੱਕ ਚੀਜ਼ ਮੈਂਸ਼ਨ ਕੀਤੀ ਸੀਗੀ ਕਿ ਕੋਈ ਜਦੋਂ ਭੁੱਲ ਜਾਂਦਾ ਕੋਈ ਰਿਫਿਊਜ਼ਲ ਪਿਛਲੀ ਮੈਂਸ਼ਨ ਨਹੀਂ ਕੀਤੀ ਜਾਂ ਪੇਪਰ ਵਰਕ ਦੇ ਵਿੱਚ ਕੋਈ ਗਲਤੀ ਹੈਗੀ ਹੈ ਸੋ ਉਹ ਸਾਰੀਆਂ ਚੀਜ਼ਾਂ ਫਿਕਸੇਬਲ ਹੈਗੀਆਂ ਨੇ ਫਿਕਸ ਕੀਤੀਆਂ ਜਾ ਸਕਦੀਆਂ ਨੇ ਹੁਣ ਸਮ ਟਾਈਮਸ ਇਹ ਤਾਂ ਨਹੀਂ ਹੁੰਦਾ ਕਿ ਤੁਸੀਂ ਮਿਸ ਰਿਪਰੈਜੈਂਟੇਸ਼ਨ ਕੀਤੀ ਹੈ ਤਾਂ ਕਰਕੇ ਤੁਹਾਡੀ ਜਿਹੜੀ ਆ ਉਹ ਵੀਜ਼ਾ ਰਿਫਿਊਜ਼ ਕੀਤਾ ਤਾਂ ਤੁਹਾਨੂੰ ਦੁਆਰਾ ਮਿਲਣਾ ਨਹੀਂ ਸੋ ਉਹ ਚੀਜ਼ਾਂ ਵੀ ਸੋਰਟ ਕੀਤੀਆਂ ਜਾ ਸਕਦੀਆਂ ਨੇ हां जी मिस रिप्रेजेंटेशन एक वैसे तक काफी सीरियस इशू ਹੈ ਭਾਵੇਂ ਤੁਸੀਂ ਇੱਕ ਵੀਜ਼ਾ ਜਿਵੇਂ ਆਪਾਂ ਲੱਗਦਾ ਹੋਵੇ ਕਿ ਜੇ ਇੱਕੋ ਹੀ ਰਿਫਿਊਜ਼ਲ ਰਹਿ ਗਈ ਮੈਂਸ਼ਨ ਕਰਨੀ ਆ ਤੇ ਉਹ ਕਿੱਡੀ ਕਵੱਡੀ ਗੱਲ ਬਟ ਇਮੀਗ੍ਰੇਸ਼ਨ ਲਾ ਚੋ ਕਾਫੀ ਸੀਰੀਅਸਲੀ ਲਿਆ ਜਾਂਦਾ ਕਿ ਤੁਸੀਂ ਓਨੈਸਟਲੀ ਸਾਰਾ ਕੁਝ ਦੱਸਣਾ ਹੈ ਆਪਣੇ ਅਪਲੀਕੇਸ਼ਨ ਤੇ ਪਰ ਕਈ ਅਜੇ ਸਿਚੁਏਸ਼ਨ ਹੁੰਦੇ ਨੇ ਕਿ ਕੋਰਟ ਨੂੰ ਲੱਗਦਾ ਕਿ ਅ ਇਨਸਾਨ ਨੇ ਨਹੀਂ ਡੈਲੀਬਰਟਲੀ ਝੂਠ ਨਹੀਂ ਬੋਲਿਆ ਜਾਂ ਇੱਕ ਇਨੋਸੈਂਟ ਮਿਸਟੇਕ ਹੋ ਗਈ ਇੱਕ ਇਨੋਸੈਂਟ ਮਿਸਟੇਕ ਐਕਸੈਪਸ਼ਨ ਹੁੰਦੀ ਹੈ ਤੁਸੀਂ ਉਹ ਲੈ ਸਕਦੇ ਹੋ ਸੋ ਮਿਸ ਰਿਪਰੈਜੈਂਟੇਸ਼ਨ ਚ ਵੀ ਜੱਜਸ ਨੇ ਦੇਖਣਾ ਹੈ ਕਿ ਕਿੰਨਾ ਕਿ ਮੈਂਸਰੀਆ ਜਾਂ ਕੀ ਉਹਦਾ ਗਿਲਟੀ ਮਾਈਂਡ ਸੀਗਾ ਤੇ ਦੂਸਰੀ ਗੱਲ ਉਹਨਾਂ ਨੇ ਇਹ ਵੀ ਦੇਖਣੀ ਹੈ ਕਿ ਓਵਰਆਲ ਜਿਹੜੀ ਇਨਫਰਮੇਸ਼ਨ ਔਨ ਦਾ ਫਾਈਲ ਹੈਗੀ ਹੈ ਕਿ ਆਫੀਸਰ ਨੂੰ ਐਕਸੈਸ ਸੀਗੀ ਉਸ ਸੇਮ ਇਨਫਰਮੇਸ਼ਨ ਨੂੰ ਕਿਤੋਂ ਹੋਰ ਪਤਾ ਕਰਨ ਦੀ ਜਿਵੇਂ ਕਈ ਵਾਰੀ ਕੋਈ ਇਨਫਰਮੇਸ਼ਨ ਉਹ ਕਹਿੰਨੇ ਤੁਸੀਂ ਡਿਸਕਲੋਸ ਇਸ ਫਾਰਮ ਤੇ ਨਹੀਂ ਕੀਤੀ ਬਟ ਰੈਸਟ ਆਫ ਦੀ ਐਪਲੀਕੇਸ਼ਨ ਤੇ ਕਿਤੇ ਆਫੀਸਰ ਨੂੰ ਐਕਸੈਸ ਮਿਲ ਸਕਦੀ ਸੀ ਉਸ ਇਨਫਰਮੇਸ਼ਨ ਦੀ ਸੋ ਸਾਰਾ ਕੁਝ ਦੇਖਣਾ ਹੈ ਜਜਜਸ ਨੇ ਤੇ ਮਿਸਟਰ ਪ੍ਰੈਜੈਂਟੇਸ਼ਨ ਆਲਦੋ ਇੱਕ ਕਾਫੀ ਸੀਰੀਅਸ ਗੱਲ ਹੈ ਪੜੋ ਕੋਰਟ ਦੇ ਵਿੱਚ ਜਾ ਕੇ ਉਹਦਾ ਹੱਲ ਹੋ ਜਾਂਦਾ। ਸੋ ਜਿਵੇਂ ਪ੍ਰੀਵੀਅਸ ਦੀ ਜਿਵੇਂ ਅਸੀਂ ਕਿਹਾ ਕਿ ਜੇ ਪਿੱਛੇ ਕੋਈ ਵੀਜ਼ਾ ਰਿਫਿਊਜ਼ ਹੋਇਆ ਤੇ ਫਿਊਚਰ ਦੇ ਵਿੱਚ ਕੋਈ ਹੋਰ ਵੀਜ਼ਾ ਲੈਣਾ ਉਹਤੇ ਇਫੈਕਟ ਨਹੀਂ ਹੋਏਗਾ ਕਿਉਂਕਿ ਤੁਹਾਨੂੰ ਕੋਰਟ ਦੇ ਵਿੱਚ ਜਿਹੜਾ ਆ ਉਹ ਡਿਸੀਜਨ ਮਿਲ ਗਿਆ ਹੈਗਾ ਕਿ ਹੁਣ ਤੁਸੀਂ ਜਿਹੜਾ ਆਪਣਾ ਵੀਜ਼ਾ ਲੈ ਸਕਦੇ ਆ। ਹੁਣ ਤੁਸੀਂ ਇਨਸਾਈਡ ਤੇ ਆਊਟਸਾਈਡ ਦੀ ਗੱਲ ਕੀਤੀ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਹੈਗੇ ਨੇ ਤੇ ਆਊਟਸਾਈਡ ਕੈਨੇਡਾ ਹੈਗੇ ਨੇ ਉਹਨਾਂ ਦੋਨਾਂ ਦੀਆਂ ਜੇ ਐਪਲੀਕੇਸ਼ਨਸ ਹੈਗੀਆਂ ਨੇ ਉਹਨਾਂ ਦੇ ਵਿੱਚ ਵੀ ਟਾਈਮ ਪ੍ਰੋਸੀਜਰ ਜਿਹੜਾ ਸੇਮ ਹੈਗਾ। ਕੁਝ ਡਿਫਰੈਂਸ ਤਾਂ ਨਹੀਂ ਹੈਗਾ ਕਿ ਕੀ ਜੇ ਇਨਸਾਈਡ ਟਾਈਮ ਲੱਗਦਾ ਜੀ ਬਸ ਜਸਟ ਲਿਮਿਟੇਸ਼ਨ ਪੀਰੀਅਡ ਜਿਵੇਂ ਮੈਂ ਦੱਸਿਆ ਇਨਸਾਈਡ ਤੁਹਾਨੂੰ 15 ਦਿਨ ਮਿਲਦੇ ਆ ਆਊਟਸਾਈਡ 60 ਡੇਜ਼ ਜਸਟ ਟੂ ਫਾਈਲ ਜਿੱਦਨ ਫਾਈਲ ਹੋ ਗਿਆ ਉਸ ਤੋਂ ਬਾਅਦ ਪ੍ਰੋਸੀਜਰ ਰਿਮੇਨਸ ਦ ਸੇਮ ਸੋ ਹੁਣ ਜੇ ਕਿਸੇ ਦੀ ਰਿਫਿਊਜ਼ਲ ਆਊਟਸਾਈਡ ਕੈਨੇਡਾ ਐਂਡ ਯੂ ਆਰ ਸਿਟਿੰਗ ਹੇਅਰ ਇਨ ਕੈਨੇਡਾ ਤੇ ਆਊਟਸਾਈਡ ਕੈਨੇਡਾ ਤੋਂ ਇਸ ਨੇ ਅਪਲੀਕੇਸ਼ਨ ਆਪਣੀ ਕਰਵਾਣੀ ਹੈ ਰਿਵਿਊ ਕਰਵਾਣੀ ਹੈ ਜਾਂ ਕੋਈ ਕੋਰਟ ਦੇ ਵਿੱਚ ਜਾਣਾ ਸੋ ਤੁਹਾਡੀਆਂ ਸਰਵਿਸਿਜ਼ ਲਈਆਂ ਜਾ ਸਕਦੀ ਜੀ ਬਿਲਕੁਲ ਗੁਰਨਾ ਲਾਅ ਕਾਰਪੋਰੇਸ਼ਨ ਸਾਡੀ ਕੰਪਨੀ ਦਾ ਨਾਮ ਹੈ legal@gurnalaw.ca ਈਮੇਲ ਹੈ ਇਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜ ਸਕਦੇ ਹੋ ਭਾਵੇਂ ਤੁਸੀਂ ਕਿਤੇ ਵੀ ਹੋ ਤੇ 7787983707 ਇਹ ਫੋਨ ਨੰਬਰ ਹੈ ਜਿਹੜਾ WhatsApp ਨਾਲ ਕਨੈਕਟਡ ਹੈ ਤੁਸੀਂ ਸਾਨੂੰ ਕਿਸੇ ਪਾਰਟ ਆਫ ਦ ਵਰਲਡ ਤੋਂ ਵੀ ਕੰਟੈਕਟ ਕਰ ਸਕਦੇ ਹਾਂ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਡੈਫੀਨਿਟਲੀ ਸੋ ਸਰਪ੍ਰਿਤ ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਵਿਜ਼ਾ ਜਿਹੜਾ ਆ ਉਹ ਬਹੁਤ ਲੋਕ ਜਿਹੜੇ ਆ ਉਹ ਇੱਧਰ ਕੈਨੇਡਾ ਵਾਲੇ ਪਾਸੇ ਆ ਰਹੇ ਹੈਗੇ ਨੇ ਤੇ ਕਈ ਵਾਰੀ ਕੋਈ ਜਿਹੜਾ ਰਿਫਿਊਜੀ ਦੀ ਤੁਸੀਂ ਗੱਲ ਕੀਤੀ ਹੈਗੀ ਆ ਤੇ ਉੱਥੇ ਆ ਕੇ ਰਿਫਿਊਜ਼ੀ ਕੇਸ ਜਿਹੜਾ ਉਹ ਅਪਲਾਈ ਕਰਨਾ ਚਾਹੁੰਦੇ ਨੇ ਹੁਣ ਸਮ ਟਾਈਮਸ ਉਹਨਾਂ ਨੂੰ ਐਡਵਾਈਸਿਸ ਦੀ ਗਲਤ ਮਿਲ ਜਾਂਦੀਆਂ ਨੇ ਇਮੀਗ੍ਰੇਸ਼ਨ ਆਫਿਸਰ ਤੋਂ ਕਹਿ ਸਕਦੇ ਜਾਂ ਕੰਸਲਟੈਂਟ ਤੋਂ ਕਹਿ ਸਕਦੇ ਆ ਕਿ ਤੁਸੀਂ ਜਿਹੜਾ ਰਿਫਿਊਜ਼ਲ ਜਿਹੜੀ ਆਪ ਰਿਫਿਊਜੀ ਕੇਸ ਜਿਹੜਾ ਉਹ ਲਗਾ ਸਕਦੇ ਹੈਗੇ ਆ इवन ਤੁਹਾਨੂੰ ਉਧਰ ਕੋਈ ਪ੍ਰੋਬਲਮ ਨਹੀਂ ਹੈਗੀ इवन ਪੱਕੇ ਹੋਣ ਦੇ ਲਈ ਤੁਸੀਂ ਲਾ ਸਕਦੇ ਆ ਤੇ ਬਾਅਦ ਚ ਪਤਾ ਲੱਗਦਾ ਕਿ ਉਹ ਤੁਸੀਂ ਥੋੜਾ ਜਿਹਾ ਆਪਣੇ ਕੇਸ ਨੂੰ ਜਿਹੜਾ ਉਹ ਗਲਤ ਕਰ ਲਿਆ ਸੋ ਉਹ ਫਿਕਸੇਬਲ ਹੈਗੀਆਂ ਚੀਜ਼ਾਂ ਰਿਫਿਊਜੀਸ ਦਾ ਚੈਨਲ ਲੱਗ ਹੈ ਉਸ ਉਸ ਦੇ ਵਿੱਚ ਵੀ ਫੈਡਰਲ ਕੋਰਟ ਇਨਵੋਲਵ ਹੁੰਦਾ ਬਟ ਇੱਕ ਸਟੈਪ ਵਿੱਚ ਆਉਂਦਾ ਹੈ ਜਿਹੜਾ ਅਪੀਲ ਡਿਵੀਜ਼ਨ ਹੁੰਦੀ ਹੈ ਮਤਲਬ ਤੁਸੀਂ ਰਿਫਿਊਜੀ ਜੇ ਤੁਹਾਡਾ ਕੇਸ ਡਿਸਮਿਸ ਹੋ ਗਿਆ ਤੁਸੀਂ ਉਸ ਦੀ ਅਪੀਲ ਕਰ ਸਕਦੇ ਹੋ ਉਸ ਤੋਂ ਬਾਅਦ ਫੈਡਰਲ ਕੋਰਟ ਜਾ ਸਕਦੇ ਹੋ ते, आ, देखो रैफ्यूजी ऑफकोर्स एक बहुत ही कह लो एक कैनेडा द कैनेडा नल्यूट है जोड़ा कि रैफ्यूजीज ना है मुल्क तो जेड़े भी लोगों कोई थ्रैट है अपने किसी भी कंट्री जितों आते ने वो बिल्कुल रैफ्यूजी क्लेम कर कैनेडा एक बहुत ही अच्छा मुल्क है इसलिए तुम देखो दुनिया दे मुल्क के मुल्क ऐसा मुल्क है जोड़ा ਐਨੀ ਨੰਬਰਸ ਦੇ ਵਿੱਚ ਰੈਫਿਜੀਸ ਨੂੰ ਸੈਟਲ ਕਰਦਾ ਇਥੇ ਸੋ ਇੱਕ ਬਹੁਤ ਹੀ ਅੱਛਾ ਅਸਪੈਕਟ ਹੈ ਸੋ ਜਿਹੜਾ ਆਈਆਰਪਾ ਹੈ ਉਹ ਇਮੀਗ੍ਰੇਸ਼ਨ ਐਂਡ ਰੈਫਿਜੀ ਪ੍ਰੋਟੈਕਸ਼ਨ ਐਕਟ ਹੈ ਸੋ ਉਹਦੇ ਵਿੱਚ ਰੈਫਿਜੀਸ ਦਾ ਇੱਕ ਬਹੁਤ ਇੰਪੋਰਟੈਂਟ ਸੈਕਸ਼ਨ ਹੈ ਸੋ ਯੈਸ ਅਸੀਂ ਦੇਖਦੇ ਹਾਂ ਕਿ ਕੈਨੇਡਾ ਜਿਵੇਂ ਤੁਸੀਂ ਕਹੇ ਕਿ ਉਹੋ ਜਿਹਾ ਮੁਲਕ ਹੈ ਕਿ ਹਰ ਕਿਸੇ ਦੇਸ਼ 'ਚ ਰਿਫਿਊਜੀ ਜਿਹੜਿਆ ਐਕਸੈਪਟ ਕੀਤੇ ਜਾਂਦੇ ਆ ਰਾਈਟ ਨਾਓ ਯੂਕਰੇਨ ਤੋਂ ਕਿੰਨੇ ਲੋਕ ਆ ਰਹੇ ਹੈਗੇ ਨੇ ਬਹੁਤ ਪਿੱਛੇ ਜਿੰਨੀਆਂ ਵੀ ਕਹਿ ਸਕਦੇ ਆ ਕਿ ਜੰਗ ਹੋਈਆਂ ਨੇ ਜਾਂ ਪ੍ਰਭਾਵਿਤ ਇਲਾਕੇ ਨੇ ਉਹ ਸਾਰੇ ਇੱਥੇ ਆ ਕੇ ਸੈਟਲ ਜਿਹੜੇ ਹੁੰਦੇ ਨੇ ਪਰ ਇਹ ਹੈ ਕਿ ਜਦੋਂ ਅਸੀਂ ਆਪਣੀ ਬੈਕ ਹੋਮ ਦੀ ਗੱਲ ਕਰੀਏ ਤੇ ਵੀਜ਼ਾ ਤੇ ਲੋਕ ਚਾਹੇ ਉਹ ਵਿਜ਼ਿਟਰ ਵੀਜ਼ਾ ਹੈਗਾ ਚਾਹੇ ਉਹ ਵਰਕ ਪਰਮਿਟ ਹੈਗਾ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਹੈਗਾ ਤੇ ਉਹਦੇ ਲਈ ਆਉਂਦੇ ਆ ਤੇ ਬਹੁਤ ਸਾਰੀਆਂ ਰਿਫਿਊਜ਼ਲ ਜਿਹੜੀਆਂ ਨੇ ਉਹ ਲੱਗ ਜਾਂਦੀਆਂ ਨੇ ਕਿਸੇ ਕਾਰਨ ਕਰਕੇ ਉਨ ਲਾਸਟ ਟਾਈਮ ਅਸੀਂ ਦੇਖਿਆ ਕਿ ਇੱਕ ਪੂਰਾ ਕੇਸ ਜਿਹੜਾ ਉਹ 25 ਸਾਲ ਇਸ ਤਰ੍ਹਾਂ ਲਟਕਦਾ ਰਿਹਾ ਇੱਕ ਸਪਾਊਸਲ ਕੇਸ ਜਿਹੜਾ ਹੈਗਾ ਉਹ ਇਸ ਤਰ੍ਹਾਂ ਲਟਕਦਾ ਰਿਹਾ ਕਿ ਉਸਨਾਂ ਨੂੰ ਵੀਜ਼ਾ 25 ਸਾਲ ਤੋਂ ਬਾਅਦ ਜਿਹੜਾ ਉਹ ਮਿਲਦਾ ਤੇ 25 ਸਾਲ ਬਾਅਦ ਉਹ ਇਕੱਠੇ ਹੁੰਦੇ ਆ ਸੋ 25 ਸਾਲ ਜਿਹੜਾ ਉਹ ਇੰਤਜ਼ਾਰ ਚਾਹੇ ਹੋ کورٹ ਦੇ ਵਿੱਚ ਜਾਣਾ ਪਿਆ ਉਹਨਾਂ ਨੂੰ ਤੇ ਚਾਹੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੜਾਈ ਉਹ ਜਿਹੜੀ ਲੜਨੀ ਪਈ ਹੈ ਪਰ ਇਹ ਹੈ ਕਿ ਕਾਨੂੰਨ ਕਿਸੇ ਨਾ ਕਿਸੇ ਦੇ ਤਰ੍ਹਾਂ ਦੇ ਨਾਲ ਉਹ ਇੰਪਲੀਮੈਂਟ ਹੋ ਜਾਂਦੇ ਆ ਜਦੋਂ ਤੁਹਾਡਾ ਤੁਹਾਡਾ ਕੇਸ ਜਿਹੜਾ ਰਾਈਟ ਹੈਂਡਸ ਦੇ ਵਿੱਚ ਹੋਵੇ ਤੇ ਰਾਈਟ ਹੈਂਡਸ ਦੇ ਵਿੱਚ ਹੋਣਾ ਕੇਸ ਬਹੁਤ ਲਾਜ਼ਮੀ ਹੈਗਾ ਸੋ ਇਹ ਤੁਸੀਂ ਬਲੀਵ ਕਰਦੇ ਹੋ ਕਿ ਕਿਉਂਕਿ ਸਮ ਟਾਈਮਸ ਅੱਜ ਕੱਲ ਬਹੁਤ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ ਕਿ ਤੁਸੀਂ ਸਾਡੇ ਕੋਲ ਆਓ ਉਸ ਤੁਹਾਡੇ ਕੇਸ ਨੂੰ ਇਸ ਤਰ੍ਹਾਂ ਦੇ ਨਾਲ ਕਰਾਂਗੇ ਉਹ ਕਿੰਨੇ ਕਿੰਨੇ ਸਾਲ ਲੰਮਕਦਾ ਰਹਿੰਦਾ ਪਰ ਤੁਸੀਂ ਇਹ ਕਹਿ ਰਹੇ ਆ ਕਿ ਕੋਈ ਵੀ ਕੇਸ ਹੈਗਾ ਸੋ 4-5 ਮਹੀਨੇ ਦੇ ਵਿੱਚ ਵਿੱਚ ਉਹਦਾ ਜਿਹੜਾ ਡਿਸੀਜਨ ਮੇਕ ਹੋ ਜਾਂਦਾ ਜੀ ਇੱਕ ਬੜੀ ਅਹਿਮ ਗੱਲ ਤੁਸੀਂ ਕੀਤੀ ਰਾਈਟ ਹੈਂਡਸ ਦੇ ਵਿੱਚ ਕੇਸ ਜਾਣਾ ਦੇਖੋ ਮੈਂ ਤੇ ਹਮੇਸ਼ਾ ਸਲਾਹ ਦਿੰਦਾ ਹਾਂ ਕਿਸੇ ਵੀ ਚੈਨਲ ਤੇ ਜਿਵੇਂ ਜਾਵਾਂ ਮੈਂ ਇਹ ਹੀ ਕਹਿੰਦਾ ਕਿ ਤੁਸੀਂ ਆਪਣੀ ਐਪਲੀਕੇਸ਼ਨ ਵੈਸੇ ਤਾਂ ਆਪ ਕਰ ਸਕਦੇ ਹੋ ਇਹ ਕੋਈ ਮੰਡੇਟਰੀ ਨਹੀਂ ਆ ਕਿ ਤੁਸੀਂ ਕਿਸੇ ਪ੍ਰੋਫੈਸ਼ਨਲ ਤੋਂ ਹੀ ਕਰਾਣੀ ਹੈ ਜੇ ਤੁਹਾਨੂੰ ਇਮੀਗ੍ਰੇਸ਼ਨ ਲਾਜ਼ ਦੀ ਸਮਝ ਹੈ ਤੁਸੀਂ ਕਰ ਸਕਦੇ ਆ ਪਰ ਜੇ ਤੁਸੀਂ ਕੋਈ ਥਰਡ ਪਾਰਟੀ ਰਿਪਰੈਜ਼ੈਂਟੇਟਿਵ ਹਾਇਰ ਕਰਦੇ ਹੋ ਤਾਂ ਪਲੀਜ਼ ਮੇਕ ਸ਼ੋਰ ਉਹ ਲਾਇਸੈਂਸ ਨੇ ਨੋਲੇਜੇਬਲ ਨੇ ਇਹ ਬਹੁਤ ਕੇਸਿਸ ਆਉਂਦੇ ਨੇ ਸਾਹਮਣੇ ਕਿ ਕਿ ਤੋ ਫਾਈਲ ਲਗਵਾਤੀ ਤੇ ਉਹਨਾਂ ਕੋਲ ਨਾ ਲਾਇਸੈਂਸ ਹੀ ਤੇ ਫਿਰ ਆਬਵੀਅਸਲੀ ਰਿਫਿਊਜ਼ ਹੋਗੀ ਤੇ ਉਹ ਫਿਰ ਰਿਫਿਊਜ਼ਲ ਦੀ ਕੜੀ ਬਣਦੀ ਗਈ ਤੁਸੀਂ ਕਹ ਲਓ ਰੈਕੋਰਡ ਖਰਾਬ ਹੋ ਗਿਆ ਸੋ ਜਿਹੜਾ ਵੀ ਤੁਸੀਂ ਪ੍ਰੋਫੈਸ਼ਨਲ ਹਾਇਰ ਕਰਨਾ ਹੈ ਉਹਨੂੰ ਆਪਣੇ ਕੰਮ ਦਾ ਪਤਾ ਹੋਵੇ ਜਿਹੜੇ ਲਾਇਰਸ ਹੁੰਦੇ ਨੇ ਇਮੀਗ੍ਰੇਸ਼ਨ ਲਾਅ ਨਾਲ ਡੀਲ ਕਰਦੇ ਨੇ ਉਹਨਾਂ ਦਾ ਐਡਵਾਂਟੇਜ ਇਹ ਕੇ ਹੈ ਕਿ ਉਹਨਾਂ ਨੂੰ ਫੈਡਰਲ ਕੋਰਟ ਤੱਕ ਜਾਣ ਦੀ ਅਥਾਰਟੀ ਹੈ ਉਹਨਾਂ ਦਾ ਲਾਇਸੈਂਸ ਉਹਨਾਂ ਨੂੰ ਅਲਾਉ ਕਰਦਾ ਹੈ ਕਿ ਉਹ ਕੋਰਟ ਦੇ ਵਿੱਚ ਜਾ ਸਕਦੇ ਆ ਹਰ ਕੋਈ ਪ੍ਰੋਫੈਸ਼ਨਲ ਨਹੀਂ ਜਾ ਸਕਦਾ ਬਟ ਜਿਹੜੇ ਲਾਇਰਸ ਹੈ ਜਿਵੇਂ ਪੈਰਿਸਟਰੈਂਟ ਸੋਲਿਸਟਰ ਉਹ ਜਾ ਸਕਦੇ ਨੇ ਸੋ ਤੁਸੀਂ ਬਹੁਤ ਧਿਆਨ ਰੱਖਣਾ ਬਿਕੋਜ਼ ਐਟ ਦੀ ਐਂਡ ਆਫ ਦਾ ਡੇ ਜੇ ਤੁਹਾਡੀ ਐਪਲੀਕੇਸ਼ਨ ਤੇ ਕੋਈ ਗਲਤੀ ਹੈ ਤੁਸੀਂ ਕਿਸੇ ਨੂੰ ਨਹੀਂ ਬਲੇਮ ਕਰ ਸਕਦੇ ਉਹ ਗਲਤੀ ਤੁਹਾਡੀ ਹੀ ਮੰਨੀ ਜਾਣੀ ਆ ਜੇ ਕੋਈ ਬੈਨ ਲੱਗਦਾ ਹੈ ਉਹ ਵੀ ਤੁਸੀਂ ਭੁਗਤਣਾ ਹੈ ਤੇ ਜੇ ਕੋਈ ਤੁਸੀਂ ਐਪਲੀਕੇਸ਼ਨ ਤੇ ਕਈ ਵਾਰੀ ਅਸੀਂ ਦੇਖਦੇ ਆਂ ਇਹ ਡਿਫੈਂਸ ਲੈਂਦੇ ਨੇ ਲੋਕ ਕੀ ਜੀ ਮੈਂ ਤੇ ਲਗਾਈ ਨਹੀਂ ਸੀ ਮੇਰੇ ਤਾਂ ਏਜੰਟ ਨੇ ਲਗਾਈ ਸੀ ਉਹਨੇ ਗਲਤੀ ਕੀਤੀ ਮੈਂ ਤਾਂ ਉਹਨੂੰ ਦੱਸਿਆ ਸੀ ਪਰ ਇਹ ਗੱਲ ਇਹ ਦਲੀਲ ਨਹੀਂ ਚੱਲਦੀ ਸੋ ਉਹ ਜਿਹੜੀ ਗਲਤੀ ਆ ਤੁਹਾਡੇ ਸਿਰ ਹੀ ਆਉਂਦੀ ਆਲਟੀਮੇਟਲੀ ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਰਾਈਟ ਹੈਂਡਸ ਦੇ ਵਿੱਚ ਐਪਲੀਕੇਸ਼ਨ ਦਿਓ ਇਹ ਤੁਸੀਂ ਬਿਲਕੁਲ ਠੀਕ ਕਰਕੇ ਬਿਲਕੁਲ ਜੀ ਕਿਉਂਕਿ ਟਰਾਂਸਪੇਰੈਂਸੀ ਜ਼ਰੂਰੀ ਹੈ ਤੁਸੀਂ ਵੀ ਗੁੱਡ ਇਨਫੋਰਮੇਸ਼ਨ ਉਹ ਦਿਓ ਕਿ ਜਿਹੜੀ ਰਾਈਟ ਹੋਵੇ ਤੇ ਜਦੋਂ ਤੁਸੀਂ ਟਰਸਟ ਕਰਨੇ ਹੋ ਉਹ ਵੀ ਟਰਸਟਵਰਦੀ ਹੋਣਾ ਚਾਹੀਦਾ ਤੁਸੀਂ ਆਈਆਰ ਸੀਸੀ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦਾ ਨੰਬਰ ਮੰਗ ਸਕਦੇ ਆ ਤੁਸੀਂ ਉਹਨਾਂ ਦਾ ਪਤਾ ਕਰ ਸਕਦੇ ਆ ਕਿ ਉਹ ਅਸਲੀ ਕੰਮ ਕਰ ਰਹੇ ਆ ਜਾਂ ਉਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈਗਾ ਸੋ ਸਰਪ੍ਰਿਤ ਜੀ ਤੁਸੀਂ ਇਹ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਉਮੀਦ ਕਰਦੇ ਆ ਕਿ ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ਲ ਆਇਆ ਹੋਵੇਗਾ ਜਾਂ ਡੀਲ ਕਰ ਰਹੇ ਹੋਣਗੇ ਉਹਨਾਂ ਨੂੰ ਇਨਫੋ ਇਨਫਰਮੇਸ਼ਨ ਮਿਲ ਗਈ ਹੋਣੀ ਹੈ ਕਿ ਦੇ ਹੈਵ ਨਾਊ ਪਾਥ ਜਿੱਥੇ ਉਹ ਜਾ ਸਕਦੇ ਹੈਗੇ ਆ ਨਾਊ ਉਹਨਾਂ ਦੀ ਸੁਣਵਾਈ ਜਿਹੜੀ ਆ ਹੋ ਸਕਦੀ ਹੈਗੀ ਆ ਸੋ ਐਂਡ ਦੇ ਉੱਤੇ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ ਨੂੰ ਕੀ ਕਹਾਂਗੇ ਜੀ ਕੀ ਮੈਸੇਜ ਹੋਏ ਮੈਂ ਇਹ ਕਹਾਂਗਾ ਕਿ ਜੀ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਹੈ ਸਾਰਾ ਉਹ ਕਾਫੀ ਜਸਟ ਹੈ ਫੇਅਰ ਹੈ ਤੇ ਉਸ ਤੋਂ ਉਹਨਾਂ ਹੀ ਫੇਅਰ ਜਾਂ ਉਸ ਤੋਂ ਵੀ ਫੇਅਰ ਤੁਸੀਂ ਕਹਿ ਸਕਦੇ ਹੋ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ ਜਿਹੜਾ ਕੋਰਟ ਸਿਸਟਮ ਹੈ ਜੇ ਤੁਹਾਡੀ ਸੁਣਵਾਈ ਨਹੀਂ ਹੋਈ ਇਮੀਗ੍ਰੇਸ਼ਨ ਚ ਤੁਸੀਂ ਡੈਫੀਨੇਟਲੀ ਉਹਨੂੰ ਕੋਰਟ ਲੈ ਕੇ ਜਾਓ ਤੇ ਉੱਥੇ ਤੁਹਾਡੇ ਚਾਂਸਸ ਆਫ ਸਕਸੈਸ ਬਹੁਤ ਹਾਈ ਹੁੰਦੇ ਨੇ ਜੇ ਤੁਹਾਡਾ ਕੇਸ ਪ੍ਰੋਪਰਲੀ ਲੜਿਆ ਜਾਂਦਾ ਹੈ ਉੱਥੇ ਤੁਸੀਂ ਡੈਫੀਨੇਟਲੀ ਜਿੱਤੋਗੇ ਤੇ ਤੁਹਾਨੂੰ ਵੀਜ਼ਾ ਗ੍ਰਾਂਟ ਹੋਏਗਾ ਤੇ ਕੋਰਟ ਜਾਣਾ ਇੱਕ ਰਾਈਟ ਹੈ ਇਹ ਮੁਲਕਾਂ ਦੇ ਵਿੱਚ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿ ਅਸੀਂ ਕੋਰਟ ਗਏ ਆ ਤੇ ਪਤਾ ਨਹੀਂ ਕੀ ਹੋਇਆ ਇੱਕ ਰਾਈਟ ਹੈ ਇੱਕ ਰਾਦਰ ਅੱਛੀ ਗੱਲ ਹੈ ਕਿ ਤੁਸੀਂ ਆਪਣੇ ਰਾਈਟਸ ਦਾ ਇਸਤੇਮਾਲ ਕਰਦੇ ਹੋ ਇਸ ਮੁੱਦੇ 'ਚ ਜੀ ਬਿਲਕੁਲ ਥੈਂਕ ਯੂ ਸੋ ਮੱਚ ਫॉर 올 ਦਾ ਇਨਫੋਰਮੇਸ਼ਨ ਜੀ ਥੈਂਕ ਯੂ ਜੀ ਸਰਪ੍ਰੀਤ ਸਿੰਘ ਫ্রম ਗੁਰਨਾ ਲਾ ਕਾਰਪੋਰੇਸ਼ਨ ਅਜਪੁੰਚੇ ਹੋਏ ਸੀਗੇ ਜੇ ਤੁਸੀਂ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਆ ਜਾਂ ਫਿਰ ਇਹਨਾਂ ਨੂੰ ਈਮੇਲ ਕੀਤੀ ਜਾ ਸਕਦੀ ਹੈ ਜੀ legal@gurnalaw.ca ਦੇ ਉੱਤੇ ਤੇ ਇਹਨਾਂ ਦੀ ਵੈਬਸਾਈਟ ਹੈ www.gurnalaw.ca ਕਿੰਗ ਜਾਰਜ ਦੇ ਉੱਤੇ ਇਹਨਾਂ ਦਾ ਆਫਿਸ ਹੈਗਾ ਆਫਿਸ ਡਿਟੇਲਸ ਲਈਆਂ ਜਾ ਸਕਦੀਆਂ ਨੇ ਤੇ ਨਾਲ ਨਾਲ ਇਹਨਾਂ ਤੋਂ ਜਿਹੜੀ ਹੈ ਐਡਵਾਈਸ ਲਈ ਜਾ ਸਕਦੀ ਹੈ ਕਿਉਂਕਿ ਜਦੋਂ ਪ੍ਰੋਫੈਸ਼ਨਲ ਦੀ ਗੱਲ ਆਉਂਦੀ ਹੈ ਪ੍ਰੋਫੈਸ਼ਨਲਿਜ਼ਮ ਦੀ ਗੱਲ ਆਉਂਦੀ ਹੈ ਤਾਂ ਗੁਰਨਾ ਲਾ ਕਾਰਪੋਰੇਸ਼ਨ ਦਾ ਨਾਮ ਉਹਨਾਂ ਦੀ ਲਿਸਟ ਦੇ ਵਿੱਚੋਂ ਜਿਹੜਾ ਆ ਉਹ ਇੱਕ ਨਾਮ ਜਿਹੜਾ ਪਾਇਆ ਜਾਂਦਾ ਸੋ ਤੁਸੀਂ ਸਰਪ੍ਰੀਤ ਦੇ ਨਾਲ ਗੱਲਬਾਤ ਕਰ ਸਕਦੇ ਆ ਕਿਉਂਕਿ ਇਹ ਬਹੁਤ ਹੀ ਇਸ ਤਰ੍ਹਾਂ ਦੇ ਮੈਟਰ ਹੈਗੇ ਨੇ ਚਾਹੇ ਇਮੀਗ੍ਰੇਸ਼ਨ ਦਾ ਮੈਟਰ ਹੈ ਵੀਜ਼ਾ ਰਿਫਿਊਜ਼ਲ ਦਾ ਮੈਟਰ ਹੈ ਕੋਰਟ ਦਾ ਮੈਟਰ ਹੈ ਤੇ ਬਹੁਤ ਸੈਂਸਿਟਿਵ ਮੈਟਰ ਹੈਗੇ ਨੇ ਤੇ ਇਹਨਾਂ ਦੇ ਲਈ ਤੁਹਾਨੂੰ ਐਕਸਪੀਰੀਐਂਸਡ ਤੇ ਸਹੀ ਸਲਾਹ ਦੀ ਲੋੜ ਹੁੰਦੀ ਆ ਤਾਂ ਗੁਰਨਾ ਲਾ ਕੋਰਪੋਰੇਸ਼ਨ ਜਾਇਆ ਜਾ ਸਕਦਾ ਇਨਫਾਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਐਸੀ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸੰਜਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ